ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸਨੀ ਦਿਓਲ ਵਿਰੁੱਧ ਸ਼ਹਿਰ ਦੀ ਇੱਕ ਐਨਜੀਓ ਨੇ ਪ੍ਰੈਸ ਕਾਨਫਰੰਸ ਕੀਤੀ। ਸੰਸਥਾ ਦੇ ਆਗੂਆਂ ਨੇ ਦੱਸਿਆ ਕਿ ਸਨੀ ਦਿਓਲ ਨੇ ਅੰਮ੍ਰਿਤਸਰ 'ਚ ਜਾਇਦਾਦ ਸਬੰਧ ਚੋਣ ਕਮਿਸ਼ਨ ਨੂੰ ਗਲਤ ਜਾਣਕਾਰੀ ਦਿੱਤੀ ਹੈ। ਗੁਰਦਾਸਪੁਰ ਵਿੱਚ ਇੱਕ ਸੰਸਥਾ ਦੇ ਸਮਾਜ ਸੇਵੀਆਂ ਨੇ ਪੱਤਰਕਾਰਾਂ ਦੀ ਬੁਲਾਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਸਨੀ ਦਿਓਲ ਨੇ ਅੰਮ੍ਰਿਤਸਰ ਸ਼ਹਿਰ ਵਿੱਚ ਆਪਣੀ ਜਾਇਦਾਦ ਸੰਬੰਧੀ ਗਲਤ ਜਾਣਕਾਰੀ ਦਿੱਤੀ ਹੈ। ਸੰਸਥਾ ਦੇ ਵਿਸ਼ਾਲ ਜੋਸ਼ੀ ਤੇ ਰੁਪਿੰਦਰ ਕੌਰ ਦਾ ਕਹਿਣਾ ਸੀ ਕਿ ਸਨੀ ਦਿਓਲ ਨੇ ਆਪਣੇ ਦਸਤਾਵੇਜ਼ਾਂ ਵਿੱਚ ਜਿਸ ਬੈਂਕ ਖਾਤੇ ਦਾ ਜ਼ਿਕਰ ਕੀਤਾ ਹੈ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਹੈ, ਜਦੋਂ ਕਿ ਇਸ ਸ਼ਹਿਰ ਵਿੱਚ ਉਸਦੀ ਜਾਇਦਾਦ ਨਹੀਂ ਹੈ। ਸਮਾਜ ਸੇਵੀਆਂ ਨੇ ਦੋਸ਼ ਲਾਇਆ ਕਿ ਸਨੀ ਦਿਓਲ ਨੇ ਟੈਕਸ ਬਚਾਉਣ ਲਈ ਜਾਅਲੀ ਢੰਗ ਨਾਲ ਕਰਜ਼ਾ ਲੈਣ ਦੇ ਦਸਤਾਵੇਜ਼ ਜਮ੍ਹਾਂ ਕਰਵਾਏ ਹਨ। ਉਹਨਾਂ ਚੋਣ ਕਮਿਸ਼ਨ ਨੂੰ ਸਨੀ ਦਿਓਲ ਵਿਰੁੱਧ ਬਣਦੀ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਹੈ। ਅਸੀਂ ਚੋਣ ਕਮਿਸ਼ਨ ਤੱਕ ਇਸ ਕਰਕੇ ਪਹੁੰਚਣੀ ਕੀਤੀ ਕਿ ਅਸੀਂ ਇੱਥੋਂ ਦੇ ਵੋਟਰ ਨਹੀਂ ਹੈਗੇ। ਜੇ ਅਸੀਂ ਇੱਥੋਂ ਦੇ ਵੋਟਰ ਹੁੰਦੇ ਤਾਂ ਅਸੀਂ ਆਲਰੇਡੀ ਚੋਣ ਕਮਿਸ਼ਨਰ ਨੂੰ ਅਸੀਂ ਸ਼ਿਕਾਇਤ ਕਰਦੇ। ਸਾਡਾ ਅੱਜ ਪ੍ਰੈਸ ਕਾਨਫਰੰਸ ਕਰਨ ਦਾ ਮਤਲਬ ਇਹੀ ਮੋਟਿਵ ਆ ਕਿ ਇੱਥੋਂ ਦਾ ਕੋਈ ਵੋਟਰ ਉੱਠ ਕੇ ਤਾਂ ਕੰਪਲੇਨ ਕਰੇ। ਇਨ ਕੇਸ ਜੇ ਇੱਥੋਂ ਦਾ ਕੋਈ ਵੋਟਰ ਕੰਪਲੇਨ ਨਹੀਂ ਕਰਦਾ ਤਾਂ ਅਸੀਂ ਆਫਟਰ ਇਲੈਕਸ਼ਨ ਜਿਹੜੀ ਉਹ ਚੋਣ ਕਮਿਸ਼ਨ ਕੋਲ ਵੀ ਜਾਵਾਂਗੇ ਔਰ ਅਸੀਂ ਕੋਰਟ 'ਚ ਵੀ ਜਾਵਾਂਗੇ। ਅਸੀਂ ਇਹਨਾਂ ਨੂੰ ਡਿਸਕੁਆਲੀਫਾਈਡ ਕਰਾਂਗੇ। ਜਿਹੜੀ ਇਹਨਾਂ ਦੀ ਜਿੰਨੀ ਜਾਣਕਾਰੀ ਦਿੱਤੀ ਗਈ, ਚਾਹੇ ਇਹਨਾਂ ਦੀ ਪ੍ਰੋਪਰਟੀ ਦੇ ਅਗੇਂਸਟ ਮੇਨ ਹੈ ਜੀ, ਇੱਕ ਦੋ ਹੋਰ ਵੀ ਚੀਜ਼ਾਂ ਹੈਗੀਆਂ ਜਿਹੜੀਆਂ ਅਸੀਂ ਡਾਕੂਮੈਂਟਸ ਲਿਆ ਨਹੀਂ ਸਕੇ, ਅਤੇ ਉਹ ਸਾਰੀਆਂ ਚੀਜ਼ਾਂ ਅਸੀਂ ਲੈ ਕੇ ਕੋਰਟ 'ਚ ਜਾਵਾਂਗੇ। ਵੋਟਰਸ ਨੂੰ ਅਪੀਲ ਕਰਨਾ ਚਾਹਾਂਗੇ ਕਿ ਸਾਡਾ ਅਧਿਕਾਰ ਆ, ਕੋਈ ਵੀ ਕੈਂਡੀਡੇਟ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ, ਜੇ ਕੋਈ ਉਹ ਆਪਣੀ ਇਨਫੋਰਮੇਸ਼ਨ ਗਲਤ ਦਿੰਦਾ ਤਾਂ ਸਾਨੂੰ ਉਹਦੇ ਮਤਲਬ ਉੱਪਰ ਜਿਹੜਾ ਉਹ ਐਕਸ਼ਨ ਲੈਣਾ ਚਾਹੀਦਾ। ਗੁਰਦਾਸਪੁਰ ਤੋਂ ਜਿਹੜੇ ਕੈਂਡੀਡੇਟ ਹੈਗੇ ਆ, ਅਜੇ ਸਿੰਘ ਧਰਮਿੰਦਰ ਦਿਓਲ ਬੀਜੇਪੀ ਤੋਂ ਚੁਣਾਵ ਲੜ ਰਹੇ। ਇਹ ਇੱਕ ਡਾਕੂਮੈਂਟ ਹੈ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ। ਇਹਦੇ ਵਿੱਚ ਉਹਨਾਂ ਨੇ ਹਰ ਇੱਕ ਕੈਂਡੀਡੇਟ ਨੇ ਆਪਣਾ ਇੱਕ ਬੈਂਕ ਅਕਾਊਂਟ ਖੁਲਾਉਣਾ ਹੁੰਦਾ, ਜਿਹਦੇ ਵਿੱਚ ਜੋ ਵੀ ਚੁਣਾਵ ਦੇ ਦੌਰਾਨ ਜਿਹੜਾ ਖਰਚਾ ਕਰੇਗਾ ਉਸ ਅਕਾਊਂਟ ਦੇ ਵਿੱਚੋਂ ਉਹਨੂੰ ਪੇ ਕਰਨਾ ਜਾਂ ਉਸ ਅਕਾਊਂਟ ਨੂੰ ਮੇਨਟੇਨ ਕਰਨਾ ਹੁੰਦਾ ਇਹਨਾਂ ਨੇ। ਅਤੇ ਇਹ ਇਹਨਾਂ ਨੇ ਆਪਣੀ ਫਾਈਲ ਦੇ ਨਾਲ ਇੱਕ ਪ੍ਰਸ਼ਾਸਨ ਨੂੰ ਜਮ੍ਹਾਂ ਕਰਾਇਆ ਜਦੋਂ ਐਜ਼ ਏ ਕੈਂਡੀਡੇਟ ਇਹਨਾਂ ਨੇ ਅਪਲਾਈ ਕੀਤਾ। ਇਹਦੇ ਵਿੱਚ ਉਹ ਲਿਖਣ ਡੇ ਆ ਵੀ ਦਿਸ ਆਈ ਹੇਅਰ ਬਾਈ ਇਨਫੋਰਮ ਡੈਟ ਆਈ ਹੈਵ ਓਪਨਡ ਏ ਨਿਊ ਬੈਂਕ ਅਕਾਊਂਟ ਇਨ ਟੂ ਬੀ ਯੂਜ਼ਡ ਫੋਰ ਇਲੈਕਸ਼ਨ ਐਕਸਪੈਂਡੀਚਰ ਫੋਰ 02 ਅੰਮ੍ਰਿਤਸਰ ਪਾਰਲੀਮੈਂਟ ਕੋਨਸਟੀਚੁਐਂਸੀ। ਜਦਕਿ ਇਲੈਕਸ਼ਨ ਲੜਦੇ ਪਏ ਗੁਰਦਾਸਪੁਰ ਤੋਂ, ਅਤੇ ਜਿਹੜਾ ਅਕਾਊਂਟ ਖੋਲਿਆ ਉਹ ਖੁਦ ਕਹਿ ਰਿਹਾ ਵੀ ਮੈਂ ਅੰਮ੍ਰਿਤਸਰ ਪਾਰਲੀਮੈਂਟ ਕੋਨਸਟੀਚੁਐਂਸੀ ਨੂੰ ਕੋਨਸਟੀਚੁਐਂਸੀ ਵਾਸਤੇ ਇਹ ਅਕਾਊਂਟ ਖੋਲਿਆ ਗਿਆ। ਅੰਮ੍ਰਿਤਸਰ ਨਾਲ ਉਹਨਾਂ ਦਾ ਰਿਲੇਸ਼ਨ ਕੋਈ ਨਹੀਂ, ਅੰਮ੍ਰਿਤਸਰ ਦੇ ਉਹ ਰਹਿਣ ਵਾਲੇ ਨਹੀਂ, ਅੰਮ੍ਰਿਤਸਰ 'ਚ ਉਹ ਆਉਂਦੇ ਨਹੀਂ, ਰਹਿਣ ਵਾਲੇ ਉਹ ਬੰਬੇ ਦੇ, ਠੀਕ ਹੈ ਜੀ। ਅਤੇ ਇਹ ਬੜਾ ਵੱਡੇ ਮਿਸਟੇਕ ਆ ਵੀ ਚਲੋ ਇਹ ਉਹਨਾਂ ਨੇ ਤਾਂ ਜਮ੍ਹਾਂ ਕਰਾ ਦਿੱਤਾ ਆਪਣੇ ਵੱਲੋਂ। ਦੂਸਰਾ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਜਦੋਂ ਆਪਾਂ ਸਕਰੂਟਨੀ ਕਰਦੇ ਹਾਂ, ਸਕਰੂਟਨੀ ਵਾਸਤੇ ਇੱਕ ਦਿਨ ਡਿਸਾਈਡ ਕੀਤਾ ਜਾਂਦਾ, ਉੱਥੇ ਸਾਰੇ ਉਮੀਦਵਾਰਾਂ ਨੂੰ ਬੁਲਾਇਆ ਜਾਂਦਾ, ਉਹਨਾਂ ਦੀ ਫਾਈਲ ਨੂੰ ਚੈੱਕ ਕੀਤਾ ਜਾਂਦਾ, ਇਹ ਕਾਗਜ਼ ਉੱਥੋਂ ਜਸ ਕਰ ਦਿੱਤਾ ਗਿਆ। ਇਹਦੇ 'ਤੇ ਕੋਈ ਓਬਜੈਕਸ਼ਨ ਨਹੀਂ ਲਗਾਏਗੀ। ਗੁਰਦਾਸਪੁਰ ਤੋਂ ਰਸ਼ਪਾਲ ਸਿੰਘ ਦੀ ਰਿਪੋਰਟ।